ਹੁਣ ਆਪਾਂ ਮੇਰੇ ਵੱਲ ਕਰ ਯਾਰ ਤੂੰ ਕੈਮਰਾ ਜਦ ਮੈਗੀ ਵਾਲੀ ਯਾਰ ਮਾਰ ਗਿਆ ਨਾ ਇਹ ਵੀ ਸਰਵੜੀ ਆ ਆ ਮੋਜੇ ਤੇ ਇਹ ਵੀ ਥੋੜਾ ਟੇਸਟ ਕਰਾ ਦੋ ਕਾ ਕਰ ਦਿੱਤਾ ਤੇ ਦੀਦੀ हाँ जी दोस्तों कि मैं सारे आई हो सारे ने वधिया होंगे घेंट होंगे खुश होंगे तो मैं भी वधिया तो अज का ब्लॉग लैके आया मैगी का क्योंकि अज रोटी बनाई थी मेरा खाने का मन तो नहीं थी तो मैं वड्डे ब्रदर ने कहा मैंने मैगी बना दे क्योंकि मैंने बनाने नहीं आती पता नहीं की बिच पा पू के बनाते हैं तो ब्रदर लगे मैगी की तैयारी कर मैगी बना खाने देखी चल इदा भी मैगी तो कभी खाधी नहीं होनी देखियो मित्रों को ना तो मैगी बना की तैयारी कर रहे हैं मैगी मैगी देखी जा रही यार मैं स्पेशल मैगी बना के देनी अंग अंग तड़क दे हर मिर्चा पा के अंग तड़का लाना अच्छा देसी मिर्च का तड़का अंग अंग बनता मैं तो सिंपल मैगी बना लेती है पानी पाया दो कप मैगी पाई बन गई पता लगा मैगी दाल मिर्च हल्दी हल्दी तो तू खानी है जो मैं खानी होंगी ना मैं तो इदा दे बाद का समान जो बंदा सूट नहीं सकता मैगी चाहे समाई पाते तो नॉर्मल समान सारी पाते हैं चिट्टे पाओगे लगता है प्याज भी तैयार ने सब कुछ तैयार ही तैयार है बस देखी चल रहा रोटी का मन नहीं सी होर की करता बावजूद मैगी खानी मेरे हाथ में एक बार यार तुके ने मैगी बनाई थी वधिया बन गई ते कहता उदा नहीं बना दे लो मैंने ना उसे दसी यार कि तुके ने बन गई सी और तुक्का थी कि ये सवाद तो आया थी जो चेफ लगे होंगे यार भाई इस चेफ से यार देखी चला सानू अपने आप को मान ला बनावांगे ते अभी वधिया ही बनावांगे लोई दोस्तों मैगी उबल रही है इधरले पास्यों इधरले पास तड़के की तैयारी हो रही है मैं तड़के वाली मैगी ने मैं हिसाब नहीं आया वैसे की पाने हो मित्रों मैगी हो गई अपनी बॉयल्ड ओ चाची हाँ बॉयल्ड हो गई मैगी हूँ आज इधर के पास जमें न्यूटन वर्गी लग रही है न्यूटन वर्गी तो मजाक है ना लो भी हम प्याज फ्राई हो गया ठीक है मैगी खानी है चल यार फोन आई है मेरी वाइफ आ गई यार देख लो पहला आया नहीं चल मैगी ना बनानी पैनी लेट हो गए थोड़ा जहा मैं तो कह रहा मैगी मैं खिलानी है तुझे खिला के ਆਹੋ ਚੈਫ ਲੱਗੇ ਤੇ ਦੱਸਿਆ ਸੀਗਾ ਹੋਰ ਕਿਸੇ ਲੋੜ ਕੀ ਹੈ ਬਾਅਦ ਵਿੱਚ ਆਪਣੇ ਗਾਣੇ ਕੱਢੇ ਜਿਉ
ਉਦੋਂ ਵੀ ਮੈਂ ਕਿ ਨਹੀਂ ਬਣੀ ਬਣੀ ਕਿਉਂ ਲਾਸਟ ਟਾਈਮ ਖਲਾਈ ਸੀ ਹੋ ਗਿਆ ਵੈਸੇ ਮੈਨੂੰ ਲੱਗਾ ਡੇਢ ਟਾਈਮ ਹੀ ਨਹੀਂ ਤੋ ਤਵਾ ਥਾਉਣ ਤੋਂ ਹੀ ਬੜੇ ਬ੍ਰਾਊਨ ਤੇ ਹੋ ਗਏ ਨਾ ਹਾਂ ਤਾਂ ਹੋਣਗੇ ਆ ਦੇਖੋ ਬ੍ਰਾਊਨ ਦਾ ਥੋੜੇ ਲਾਲੀ ਤੇ ਆਉਂਦੇ ਆ ਤਾਂ ਰੈਡ ਇਸ਼ੇ ਤੇ ਆਣਗੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਇਹ ਸਾਰਾ ਸਮਾਨ ਆਪਣ ਮੈਂ ਤੇ ਕਿ ਠੰਡੇ ਹੋਈ ਪਏ ਨੇ ਮੈਨੂੰ ਲੱਗਦਾ ਮੈਂ ਵੀ ਜ਼ਿਆਦਾ ਬੋਇਲਡ ਹੋ ਗਿਆ ਥੋੜੀ ਜਿਹੀ ਭਾਸ਼ਣ ਕਰਨੀ ਸੀ ਬੋਇਲਡ ਆਪਾਂ ਜ਼ਿਆਦਾ ਬੋਇਲਡ ਕਰਤੀ ਥੋੜ੍ਹੀ ਜਿਹੀ ਕੱਚੀ ਹੀ ਰੱਖਣੀ ਸੀਗੀ ਵੈਸੇ ਮੈਂ ਦੇਖਿਆ ਸੀ ਮੈਂ ਰਾਤ ਨੂੰ ਗਲਾ ਖਰਾਬ ਹੋ ਜਾਣਾ ਲੈ ਵੀ ਦੇਖ ਲਾ ਹੋ ਗਏ ਪਿਆ ਬਸ ਇੰਨੇ ਹੀ ਕਰੀਦੇ ਜ਼ਿਆਦਾ ਨਹੀਂ ਕਰੀਦੇ ਜ਼ਿਆਦਾ ਕਰਕੇ ਸੜੀ ਜਾਂਦੇ ਲੋ ਵੀ ਇਹਨਾਂ 'ਚ ਹੁਣ ਆਪਾਂ ਲੂਣ ਮਿਰਚ ਮਸਾਲਾ ਅਤੇ ਹਲਦੀ ਪਾ ਚੁੱਕੇ ਹਾਂ ਦੁਕਾਨ ਖੁੱਲੀ ਕਰਨਾ ਕੰਮ ਖਰਾਬ ਨਹੀਂ ਤੇ ਮੈਂ ਤਾਂ ਆਹੀ ਕੰਮ ਹੋ ਜਾਣਾ ਸੀ ਮੁੜ ਕੇ ਮੇਰੇ ਕੋਲ ਆਉਣਾ ਸੀ ਕਈ ਏਦਾਂ ਦੇ ਆਉਣਾ ਜਿਹਨਾਂ ਨੇ ਮੈਨੂੰ ਗਾਲਾਂ ਕੱਢੀਆਂ ਸੀ ਕਿਉਂ ਕਈ ਕਈ ਵਧੀਆ ਬਣਦੀ ਸਾਰਾ ਥੋੜ੍ਹੀ ਵਧੀਆ ਬਣਦੀ ਸੀ ਕਦੇ ਕਦੇ ਵਧੀਆ ਬਣ ਜਾਇਆ ਕਰਦੀ ਸੀ ਕਦੇ ਕਦੇ ਹੋਰ ਵਧੀਆ ਬਣਿਆ ਕਰਦੀ ਸੀ ਵੈਸੇ ਰੰਗ ਤਾਂ ਵਧੀਆ ਆ ਗਿਆ ਵੈਸੇ ਰੰਗ ਤਾਂ ਵਧੀਆ ਆ ਗਿਆ ਮੈਨੂੰ ਲੱਗਦਾ ਨੂਨ ਵਿੱਚ ਬਣ ਕੇ ਸਾਨੂੰ ਸਹੀ ਹੋਊਗਾ ਸਾਡੇ ਬੰਦੇ ਟੈਨਸ਼ਨ ਹੋ ਗਿਆ ਮੈਂ ਬਸ ਰੈਡੀ ਆ ਮੈਂ ਕਿਹਾ ਰੈਡੀ ਨੂੰ ਰੈਡੀ ਆ ਬਸ ਹੋ ਹੁਣ ਆਪਾਂ ਮੈਗੀ ਹੁਣ ਆਪਾਂ ਮੇਰੇ ਵੱਲ ਕਰੀ ਆਪੋ ਕੈਮਰਾ ਮੈਗੀ ਵਾਲੀ ਕੈਮਰਾ ਮਾਰੀ ਜਾਂਦਾ ਇਹ ਵੀ ਸਿਰਫ ਹੈ ਹੁਣ ਆਪਾਂ ਮੈਗੀ ਅੰਦਰ ਲੈ ਕੇ ਜਾਂਦੇ ਘਰ ਦੇ ਸਾਰੇ ਬੈਠੇ ਮੰਮੀ ਤੇਰੀ ਦੇਖ ਰਹੇ ਆ ਉਹਨੇ ਕਹਿੰਦਾ ਮੈਂ ਗਾਲਾਂ ਕੱਢਣੀ ਆ ਵੀ ਰਾਤ ਨੂੰ ਮੈਗੀ ਕਿਉਂ ਬਣਾਈ ਮੰਮੀ ਕਹਿੰਦੇ ਰਾਤ ਨੂੰ ਫੁਲਕਾ ਖਾਣਾ ਚਾਹੀਦਾ ਉਹ ਤੇ ਆਪਾਂ ਤਲਿਆ ਹੋਇਆ ਖਾਂਦੇ ਪਏ ਤਲਿਆ ਠੀਕ ਆ ਨਹੀਂ ਗੱਲ ਲਈ ਦੋਸਤੋ ਦੇਖੋ ਮੈਗੀ ਤਿਆਰ ਹੋ ਗਈ ਹੁਣ ਅੰਦਰ ਲੈ ਕੇ ਜਾਂਦੇ ਹਾਂ ਦੇਖਦੇ ਅੰਦਰ ਮੰਮੀ ਡੈਡੀ ਕੀ ਕਹਿੰਦੇ ਆ ਸਵਾਦ ਹੈਗੀ ਕਿ ਨਹੀਂ ਲਓ ਵੀ ਮਿੱਤਰੋ ਹੁਣ ਆਪਾਂ ਗੈਸ ਕਰਤਾ ਬੰਦ ਹੁਣ ਮੈਗੀ ਆਪਾਂ ਕਰ ਦਈਏ ਹਲੇ ਇੱਕ ਤੋਂ ਬਾਅਦ ਆਪਾਂ ਇੱਕ ਫਾਈਨਲ ਟੱਚ ਵੀ ਦੇਣਾ ਵਾ ਓਕੇ ਦੇਖੀ ਚੱਲਦੇ ਫਾਈਨਲ ਟੱਚ ਫਾਈਨਲ ਟੱਚ ਹੈਗਾ ਫੇਵਰੇਟ ਫੇਵਰੇਟ ਧਨੀਆ ਮਤਲਬ ਪੂਰਾ ਉੱਦਾਂ ਹੀ ਜਿਵੇਂ ਮੈਂ ਕਿਹਾ ਤੈਨੂੰ ਕਿਹੜਾ ਆਪਾਂ ਜਦੋਂ ਕੰਮ ਕਰੀਦਾ ਰਹੀ ਨਾ ਕਰੀਏ ਯਾਰ ਪੂਰੀ ਟੀਵੀ ਵਾਲੀ ਫੀਲਿੰਗ ਆ ਰਹੀ ਹੈ ਰੈਸਟੋਰੈਂਟ ਵਾਲੀ ਵੀਰੇ ਟੀਵੀ ਵਾਲੀ ਨਹੀਂ ਰੈਸਟੋਰੈਂਟ ਵਾਲੀ ਫੀਲਿੰਗ ਇਹਦਾ ਤਾਂ ਰੈਸਟੋਰੈਂਟ ਵੀ ਧਨੀਆ ਪਾਉਂਦੇ ਇਹਨਾਂ ਦਾ ਤੇ ਰੂਸੀ ਕਰਦੇ ਆ ਧਨੀਆ ਪਾ ਧਨੀਆ ਪਾਉਣ ਚਾਹ ਤਾਂ ਕੋਈ ਨਹੀਂ ਰੂਸੀ ਕਰੀ ਲਿਆ ਯੈਸ ਖਾ ਕੇ ਦੱਸੋ ਮੈਗੀ ਕਿੱਦਾਂ ਦੀ ਬਣੀ ਡੈਡੀ ਮੈਗੀ ਦੀ ਇੱਕ ਗੱਲ ਗਲਤ ਆ
ਇੱਥੇ ਲਿਖਿਆ ਹੁੰਦਾ 2 ਮਿੰਟ ਦੀ ਬੰਦ ਹੀ ਵੈਸੇ 5 10 ਮਿੰਟ ਬਾਅਦ ਹੀ ਆ ਬਹੁਤ ਅੱਛੇ ਲੋ ਮੰਮੀ ਟੇਸਟ ਕਰਕੇ ਦੱਸਦੇ ਆ ਕਾਗਜ਼ ਤੇ ਤੁਸੀਂ ਕਾਗਜ਼ ਦੇਖਣਾ ਪਰਾਂ ਕਿਤੇ ਲੱਗੀ ਨਹੀਂ ਲੱਗੀ ਜੰਮੀ ਜੰਮੀ ਵਧੀਆ ਲੱਗੀ ਬਹੁਤ ਕਾਲ ਲੈਣ ਰਹੇ ਤੇ ਆਪਣੇ ਮਿਸ਼ਨ ਤੇ ਇਹ ਹਰਾ ਧਨੀਆ ਵੀ ਪਾਇਆ ਮੰਮੀ ਵੀ ਧਨੀਆ ਦੇ ਬਹੁਤ ਸ਼ੌਕੀਨ ਨੇ ਧਨੀਆ ਵਧੀਆ ਲੱਗਦਾ ਯਾਰ ਰਾਇਤਾ ਨਾਲ ਧਨੀਆ ਚਾਵਲ ਹੋ ਗਏ ਨਾਲ ਥੱਲੇ ਬਹਿ ਕੇ ਖਾਵੇ ਬੰਦਾ ਹਨਾ ਹੈਲੋ ਆ ਲੈ ਯਾਰ ਤੂੰ ਵੀ ਟੇਸਟ ਕਰ ਲਾ ਉੱਥੋਂ ਵੀ ਟੇਸਟ ਕਰਕੇ ਇਹਨੂੰ ਵੀ ਟੇਸਟ ਕਰਾ ਦੇ ਯਾਰ ਤੁਸੀਂ ਟੇਸਟ ਕਰੋ ਯਾਰ ਡੈਡੀ ਟੇਸਟ ਨਹੀਂ ਕਰਦੇ ਜੀ ਯਾਰ ਤੁਸੀਂ ਧਨੀਆ ਬਿਨਾਂ ਧੁੱਤੇ ਪਾਲੇ ਕੇ ਪਾਇਆ ਧੋ ਲੈ ਮੈਂ ਹਾਂ ਜਿਹੜੀ ਤੁਸੀਂ ਦੱਸੋ ਕਿਵੇਂ ਲੱਗੀ ਖਾ ਕੇ ਕਿਵੇਂ ਲੱਗੀ ਡੈਡੀ ਬਹੁਤ ਵਧੀਆ ਵਧੀਆ ਲੱਗੀ ਲੋ ਵੇ ਡੈਡੀ ਬੋਲੋ ਵੀ 2 ਨੰਬਰ ਆਇਆ ਆ ਦੇਖ ਇੱਧਰ ਖਾਣ ਤੇ ਪਹਿਲੀ ਖਾਣ ਲੱਗਿਆ ਕਹਿੰਦਾ ਵੀਡੀਓ ਵੀਡੀਓ ਛੱਡ ਬੰਦ ਮੈਨੂੰ ਖਾਣ ਦੋ ਕਹਿੰਦਾ ਕਿਵੇਂ ਲੱਗੀ ਵੀ ਅੱਛੀ ਸਵਾਦ ਆ ਦੱਸੋ ਵਧੀਆ ਲੱਗੀ ਇਹ ਕੀ ਹੈ ਨਹੀਂ ਵਧੀਆ ਲੱਗੀ ਤੇ ਦੱਸ ਨਹੀਂ ਮੈਗੀ ਮੈਂ ਕਿੰਨੀ ਕਿੱਦਾਂ ਦੀ ਲੱਗੀ ਮੈਗੀ ਤਾਂ ਬਹੁਤ ਸਵਾਦ ਲੱਗੀ ਤੇਰੀ ਭਾਬੀ ਨੂੰ ਬਈ ਜਾਨ ਕਮਾਂਦਾ ਵੀਡੀਓ ਨਹੀਂ ਵਲੌਗ ਬਣਾਉਣਾ ਪਿਆ ਮੈਂ ਵਲੌਗ ਬਣਦਾ ਪਿਆ ਲੈ ਖਾ ਕੇ ਦੇ ਹਾਂ ਤੁਸੀਂ ਦੱਸੋ ਕਿੱਦਾਂ ਦੀ ਬਜੀ ਕਿਵੇਂ ਲੱਗੀ ਮੈਂ ਕੀ ਦੱਸਾਂ ਵਧੀਆ ਲੱਗੀ ਇਹਨਾਂ ਨੂੰ ਦੋ ਕ੍ਰੈਡਿਟ ਇਹਨਾਂ ਨੇ ਬਣਾਈ ਆ ਇਤਾ ਵਧੀਆ ਬਣੀ ਵਧੀਆ ਬਣੀ ਲੋ ਵੀ ਸਾਰੇ ਵੱਲੋਂ 100 ਨੰਬਰ ਮਿਲੇ ਹੁਣ ਕੱਲਾ ਮੈਂ ਰਹਿ ਗਿਆ ਹਾਂ ਤੇਰੇ ਲਈ ਬਣਾਈ ਹੁਣ ਤੂੰ ਖਾ ਕੇ ਦੇਖ ਲੈ ਬਸ ਤੂੰ ਖਾ ਕੇ ਦੇਖਦਾ ਵੀ ਚਲੋ ਰਾਹੁਲ ਸੂਤ ਕਰੋ ਮੈਂ ਕੀ ਟੇਸਟ ਇੱਕ ਚੀਜ਼ ਟੇਸਟ ਕਰਨ ਲੈ ਕੇ ਨਾ ਰਹਿ ਗਈ ਯਾਰ ਕਿਹੜਾ ਰਹਿ ਗਿਆ ਕੋਈ ਰਹਿ ਗਈ ਹੈ ਇਹਦਾ ਸੋਚ ਅੱਛਾ ਭੋਈ ਨੂੰ ਕਰਾਓਗੇ ਨਾ ਟੇਸਟ ਬੋਲਦੀ ਨੀ ਭੂਆ ਜੀ ਨੇ ਕਹਿਤਾ ਵੀ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਦਿਓ ਆਹ ਦੇਖੋ ਡਬਲ ਹੋ ਕੇ ਕਰਤਾ ਭੂਆ ਜੀ ਨੇ ਹੁਣ ਬਸ ਮੇਨ ਜੇ ਇਹਨੇ ਪਾਸ ਕਰਤਾ ਤਾਂ ਪਾਸ ਆ ਬਾਕੀ ਸਾਰਿਆਂ ਨੇ ਤਾਂ ਕਿਹਾ ਤਾਂ ਸਹੀ ਆ ਹੁਣ ਦੇਖਦੇ ਆ ਇਹਦੇ ਕਰਕੇ ਬਣਾਈ ਆ ਮੇਨ ਤਾਂ ਦੇਖਦੇ ਆ ਗਲਤੀ ਕਰਤੀ ਵਧੀਆ ਬਣਾ ਕੇ ਅਗਲੀ ਵਾਰੀ ਫਿਰ ਮੈਨੂੰ ਬਣਾਉਣੀ ਪੈਣੀ ਆ ਮਤਲਬ ਚਲੋ ਠੀਕ ਆ ਮਿੱਤਰੋ ਉਹਨਾਂ ਨੂੰ ਮੈਗੀ ਬਣਾਤੀ ਠੀਕ ਆ ਉਹਨੇ ਮੈਗੀ ਖਾ ਰਿਹਾ ਵਾ ਮੈਗੀ ਕਹਿੰਦਾ ਵਧੀਆ ਵਾ ਇੱਕ ਦੀ ਰਹੀ ਕੀ ਰਹੀ ਜਿਹਨੇ ਬਣਾਈ ਹਲੇ ਤੱਕ ਉਹਨੇ ਤਾਂ ਟੇਸਟ ਕੀਤੀ ਨਹੀਂ ਹੁੰਦੀ ਉਹ ਮੈਂ ਕਰ ਲੂੰਗਾ ਟੈਨਸ਼ਨ ਨਾ ਲਓ ਮੈਂ ਵੀਡੀਓ 'ਚ ਨਹੀਂ ਮੈਗੀ ਟੇਸਟ ਕਰਦਾ ਹੁੰਦਾ ਕਿਉਂ ਠੀਕ ਆ ਹਾਂ ਮੈਂ ਇਕੱਲੇ 'ਚ ਕਰਦਾ ਹੁਣ ਉਹਨੇ ਇਹਨੂੰ ਮੈਗੀ ਬਣਾਤੀ ਆ ਮੈਗੀ ਠੀਕ ਆ ਉਹਨੇ ਖਾ ਲਵੇ ਅਗਲਾ ਵਲੌਗ ਮੈਥੋਂ ਦਾ ਉਹ ਹੁਣ ਕਰਉਣੀ ਤੇ ਦੇਖਦੇ ਆ ਬਾਕੀ ਲਓ ਵੀ ਮਿੱਤਰੋ ਅੱਜ ਅੱਧੇ ਆਣੇ ਮੈਗੀ ਟੇਸਟ ਕੀਤੀ ਹਲੇ ਅੱਧੇ ਆਣੇ ਰਹਿ ਗਏ ਠੀਕ ਆ ਮੇਰੀ ਵਾਈਫ ਮੇਰਾ ਮੁੰਡਾ ਡੈਡੀ ਨੇ ਵੀ ਮਾੜੀ ਮੋਟੀ ਖਾਧੀ ਚਾਚਾ ਵੀ ਰਹਿ ਗਿਆ ਬਾਕੀ ਕੋਈ ਨਾ ਫਿਰ ਬਣਾਵਾਂਗੇ ਦੁਬਾਰਾ ਬਣਾਵਾਂਗੇ ਮੈਗੀ ਇਦਾਂ ਦੀ ਤੇ ਫਿਰ ਸਾਰਿਆਂ ਨੂੰ ਟੇਸਟ ਕਰਾਵਾਂਗੇ ਹੁਣ ਟਾਈਮ ਵੀ ਦੇਖ ਲਓ ਕਿੰਨਾ ਹੋ ਗਿਆ ਅੱਧੇ ਅੰਦਰ ਸੌਂ ਹੀ ਗਏ 11:30 ਹੋਗੇ ਚਲੋ ਰਾਹੁਲ ਸੂਦ ਕਰੋ ਵਲੌਗ ਦੀ ਐਂਡਿੰਗ ਮਿਲਦੇ ਆ ਫਿਰ ਦੁਬਾਰਾ ਆਪਣੀ ਫੈਮਿਲੀ ਨਾਲ ਲੋ ਦੋਸਤੋ ਅੱਜ ਦੇ ਵਲੌਗ 'ਚ ਇੰਨਾ ਹੀ ਸੀਗਾ ਅੱਜ ਦੇ ਵਲੌਗ 'ਚ ਬਸ ਇਹੀ ਸੀਗਾ ਮੈਗੀ ਬਣਾਈ ਫਰਦਰ ਨੇ ਪੂਰੀ ਮਿਹਨਤ ਲਾ ਕੇ ਮੇਰੇ ਲਈ ਤੇ ਜੇ ਵੀਡੀਓ ਪਸੰਦ ਆਈ ਹੋਵੇ ਤੇ ਵੀਡੀਓ ਲਾਈਕ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਥੱਲੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਹਾਜ਼ਰ ਹਾਂ ਨਵੇਂ ਵਲੌਗ ਦੇ ਨਾਲ ਉਦ ਤੱਕ ਲਈ ਲਵ ਯੂ ਆਲ